ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਜੀ ਤੁਹਾਡਾ ਸਾਡੇ ਚੈਨਲ 'ਤੇ ਸਾਵਲ ਜੋਤ। ਮੈਂ ਕਿ ਭਾਬੀ ਜੀ ਕਹਿੰਦੇ ਆ ਜਾਓ ਇੱਕ ਵੀਡੀਓ ਬਣਾਈਏ, ਸਾਵਲ ਜੋਤ ਮੇਰੇ ਕੋਲ ਲੈ ਕੇ ਆ ਗਿਆ ਬੁੱਕ ਕੀ। ਭੂਆ ਜੀ ਮੈਨੂੰ ਪਹਿਲਾਂ ਇਹਦੇ ਬਾਰੇ ਦੱਸੋ, ਮੈਂ ਬਾਅਦ 'ਚ ਕੰਮ ਕਰਿਓ। ਹਾਂਜੀ ਹੁਕਮ ਕਰੋ ਮਹਾਰਾਜ, ਦੱਸੋ ਦੱਸੋ ਜੀ, ਕੁਛ ਤਾਂ ਪੁੱਛ ਰਹੇ ਸੀ। ਹਾਂਜੀ ਭਾਬੀ ਜੀ, ਹਾਂਜੀ ਜੀ, ਆਓ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਜੀ ਤੁਹਾਡਾ ਯੂਟਿਊਬ ਚੈਨਲ 'ਤੇ। ਸੋ ਅੱਜ ਸੋਚਿਆ ਇੱਕ ਰੈਸਪੀ ਬਣਾ ਲਈ, ਹੈ ਨਾ, ਖਤਮ ਹੋ ਗਈਆਂ ਅਤੇ ਰੈਸਪੀ ਇਹ ਬਣਾਉਣ ਲੱਗੇ ਹਾਂ ਜੀ। ਆ ਜਾਓ ਜੇ ਤੁਹਾਨੂੰ ਕਿਤੇ ਮਿੱਠਾ ਮੁੱਠਾ ਖਾਣ ਦੀ, ਕਿਉਂਕਿ ਸਾਡੇ ਘਰ ਬੜੀ ਕਰੇਵੀ ਹੁੰਦੀ, ਕਿਉਂ ਸਾਵਲ ਅਤੇ ਖੀਰ ਬਣਾਉਣਾ ਬਹੁਤ ਔਖਾ ਨਹੀਂ, ਵੇਖਿਓ ਤੁਹਾਨੂੰ ਮੈਂ ਬਣਾ ਕੇ ਦੱਸਦੀ ਹਾਂ ਜੀ। ਖੀਰ 7 ਵੱਜ ਗਏ ਨੇ ਅਤੇ ਰਾਤ ਦੀ ਡਿਮਾਂਡ ਹੋਈ ਹੈ ਕਿ ਵੀ ਖੀਰ ਬਣਾ ਕੇ ਦਿਓ। ਹਾਂ, ਇਹ ਲੈ ਲਿਆ ਅਸੀਂ ਇੱਕ ਛੋਟਾ ਜਿਹਾ ਪੈਨ, ਅਤੇ ਇਹਦੇ 'ਚ ਆਪਾਂ ਪਾਉਣਾ ਮਾੜਾ ਜਿਹਾ ਹੀ ਘਿਓ 1 ਚਮਚ ਜੀ, ਅਤੇ ਇਹਦੇ 'ਚ ਪਾ ਦੇਣਾ ਇਹ ਆ ਸਾਡੇ ਕੋਲ ਪੋਹਾ। ਪੋਹਾ ਜੀ ਇਹਦੇ ਵਿੱਚ ਜਾਣਗੇ, ਅਤੇ ਇਹਨੂੰ ਹਲਕਾ ਜਿਹਾ ਆਪਾਂ ਰੋਸਟ ਕਰਨਾ ਹੈ। ਗਰਮੀ ਤਾਂ ਹੈਗੀ ਆ, ਤੁਹਾਨੂੰ ਪਤਾ ਪੋਹਾ ਜਿਹੜਾ ਝਟਪਟ ਹੋ ਜਾਂਦਾ, ਜ਼ਿਆਦਾ ਟਾਈਮ ਨਹੀਂ ਲੱਗਦਾ। ਇਹਨੂੰ ਹਲਕਾ ਜਿਹਾ ਆਪਾਂ ਭੁੰਨਣਾ ਹੈ, ਅਤੇ ਨਾਲ ਹੀ ਆਪਾਂ ਇੱਧਰ ਲੈ ਲਏ ਜੀ ਡਰਾਈ ਫਰੂਟ, ਥੋੜ੍ਹੇ ਜਿਹੇ ਬਦਾਮ ਆ, ਕਾਜੂ ਆ, ਇਹ ਜਿਹੜੇ ਹੈਗੇ ਆਪਣੇ ਮਗਜ਼ ਨੇ, ਅਤੇ ਆ ਜਿਹੜੀ ਆ ਗਿਰੀ ਜਿਹੜੀ ਆ, ਇਹ ਜਿਹੜੀ ਖੀਰ 'ਚ ਬੜੀ ਸਵਾਦ ਲੱਗਦੀ ਆ। ਸੋ ਇਹ ਆਪਾਂ ਲੈ ਲਿਆ ਡਰਾਈ ਫਰੂਟ, ਅਤੇ ਬਲਰ ਕਿਉਂ ਹੋ ਜਾਂਦਾ ਕੈਮਰਾ ਤੁਹਾਡਾ, ਚਲੋ ਜੀ ਇਹ ਹਲਕਾ ਜਿਹਾ ਭੁੱਜ ਗਿਆ। ਇਹਦੇ ਵਿੱਚ ਹੀ ਆਪਾਂ ਜਿਹੜੇ ਆ ਡਰਾਈ ਫਰੂਟ ਵਗੈਰਾ ਪਾ ਦੇਣੇ ਆ, ਨਾਲ ਹੀ ਇਹਨਾਂ ਨੂੰ ਵੀ ਥੋੜ੍ਹਾ ਥੋੜ੍ਹਾ ਭੁੰਨ ਲੈਣਾ। ਝਟਪਟ ਬਣਨ ਵਾਲੀ ਖੀਰ ਆ ਜੀ, ਜ਼ਿਆਦਾ ਟਾਈਮ ਨਹੀਂ ਲੈਂਦੀ। ਲਓ ਜੀ ਥੋੜ੍ਹੇ ਜਿਹੇ ਮੈਂ ਰੱਖ ਲਏ ਆ, ਬਾਅਦ 'ਚ ਪਾਵਾਂਗੇ। ਬਸ ਇਹਨੂੰ ਮਾੜਾ ਜਿਹਾ ਕਲਰ ਦੇ ਚੇਂਜ ਕਰਨਾ, ਬਹੁਤਾ ਨਹੀਂ ਪਕਾਉਣਾ। ਕੱਲ੍ਹ ਅਸੀਂ ਨਾ ਪੋਹਾ ਬਣਾਇਆ, ਅਤੇ ਉਹ ਰੈਡੀਮੇਡ ਪੋਹਾ ਸੀਗਾ, ਵਿੱਚ ਮਸਾਲਾ ਸੀਗਾ ਦਿੱਤਾ ਉਹਨਾਂ ਨੇ, ਅਤੇ ਉਹ ਮਸਾਲਾ ਜਿਹੜਾ ਆ ਬਹੁਤ ਹੀ ਤਿੱਖਾ ਸੀਗਾ। ਭਾਬੀ ਜੀ ਨੇ ਸੋਚਿਆ ਕਿ ਵੀ ਇੱਦਾਂ ਮੈਗੀ ਮਸਾਲੇ ਮੈਂ ਹੋਈ ਮਸਾਲਾ ਹੋਏਗਾ, ਅਤੇ ਭਾਬੀ ਜੀ ਨੇ ਉਹ ਸਾਰਾ ਪਾਸਤਾ ਵਿੱਚ, ਹੈ ਨਾ, ਜੇ ਇਹਨਾਂ ਨੂੰ ਪਤਾ ਹੁੰਦਾ ਕਿ ਉਹਦੇ 'ਚ ਇੰਨੀ ਮਿਰਚ ਆ, ਇਹਨਾਂ ਨੇ ਤਾਂ ਸੌਂਗ ਸੌਂਗ ਕੇ ਪਾਉਣਾ ਸੀ। ਬੜਾ ਤਿੱਖਾ ਸੀ ਉਹ, ਮਤਲਬ ਸਭ ਦਾ ਆਪਣਾ ਖਾਧਾ, ਸਾਡਾ ਤਾਂ ਲੂਣ ਮਿਰਚ ਹੈ ਬਹੁਤ ਘੱਟ ਆ, ਅਤੇ ਜਦੋਂ ਬੜੀ ਮੁਸ਼ਕਲ ਖਾਧਾ, ਫਿਰ ਉਹਦੇ 'ਚ ਹਾਰ ਕੇ ਆਲੂ ਬੋਇਲ ਕਰਕੇ ਪਾਉਣੇ ਪਏ, ਅਤੇ ਫਿਰ ਆਪਾਂ ਉਹਨੂੰ ਖਾਧਾ, ਸੈਂਡਵਿਚ ਬਣਾ ਕੇ ਖਾਧੇ। ਅਤੇ ਮੈਨੂੰ ਕਹਿੰਦੇ ਕਹਿੰਦੇ ਕਿ ਵੀ ਹਾਏ ਆ, ਤਾਂ ਬੜਾ ਔਖਾ ਲੰਘਾਉਣਾ। ਲਓ ਜੀ ਇਹ ਸਾਡੇ ਪੁੱਜ ਗਿਆ, ਤੁਸੀਂ ਦੇਖ ਸਕਦੇ ਜੇ, ਅਤੇ ਇਹਦੇ 'ਚ ਆਪਾਂ ਪਾ ਦੇਣਾ ਹੁਣ ਦੁੱਧ, ਆਵਾਜ਼ ਇਹ 1 ਕੌਲੀ ਪੋਹੇ ਦੀ, ਅਤੇ 2 ਕੌਲੀਆਂ ਆਪਾਂ ਪਾਉਣੀਆਂ ਇਹਦੇ ਵਿੱਚ ਦੁੱਧ ਦੀਆਂ, ਦੁੱਧ ਦੀਆਂ ਫੁੱਲ ਫੈਟ ਦੁੱਧ,
ਫੁੱਲ ਫੈਟ ਤਾਂ ਨਹੀਂ ਆ ਗਾਈ ਦਾ ਆ, ਫੁੱਲ ਫੈਟ ਨਹੀਂ ਮੈਂ ਬਣਾ ਦੇਣਾ ਹੁਣ ਹੀ। ਇਹ ਪੈ ਗਿਆ ਨਾਲ ਹੀ, ਆਪਾਂ ਇਹਦੇ ਵਿੱਚ ਪਾਉਣਾ ਜੀ ਮਿਲਕ ਪਾਊਡਰ ਥੋੜ੍ਹਾ ਜਿਹਾ, ਉਹਦੇ ਨਾਲ ਇਹ ਹੈ ਕਿ ਥੋੜ੍ਹਾ ਕੀ ਲੱਗੂਗਾ ਸਵਾਦ ਲੱਗੂਗਾ, ਸੰਘਣਾ ਹੋ ਜੂਗਾ। ਦੋ ਚਮਚ ਆਪਾਂ ਪਾ ਤੇ ਭਰ ਭਰ ਕੇ ਦੁੱਧ ਦੇ, ਝਟਪਟ ਬਣ ਜਾਣੀ ਖੀਰ, ਕੋਈ ਨਹੀਂ ਇਹਨੂੰ ਟਾਈਮ ਲੱਗਣਾ। ਇਹ ਤਾਂ ਘਰੇ ਕੋਈ ਗੈਸਟ ਵੀ ਆਇਆ ਹੋਏ ਜੇ ਕੋਈ ਸਵੀਟ ਡਿਸ਼ ਬਣਾਉਣੀ ਤਾਂ ਤੁਸੀਂ ਝਟਪਟ ਇਹਨੂੰ ਬਣਾ ਸਕਦੇ ਜੀ। ਜਿੱਦਾਂ ਹੁਣ ਸਾਵਲ ਦੀ ਕਰੇਵਿੰਗ ਹੋਈ ਹੈ ਕਿ ਮੰਮਾ ਕੁਛ ਬਣਾਓ, ਉਹ ਬੜਾ ਕਹਿੰਦਾ ਆ ਕਿ ਵੀ ਮੰਮਾ ਕੁਛ ਬਣਾਓ। ਮੈਂ ਇਹ ਕਿਹੜੀ ਗੱਲ ਮੰਨਦੀ, ਵੈਸੇ ਜਦੋਂ ਦੇ ਪੇਪਰ ਹੋਏ ਉਸ ਤੋਂ ਬਾਅਦ ਉਹ ਰੋਜ਼ ਹੀ ਕਹਿੰਦਾ ਮੰਮਾ ਕੁਛ ਬਣਾਓ, ਮੰਮਾ ਦੀ ਬੁਰੀ ਹਾਲਤ ਹੋ ਜਾਂਦੀ ਪਸੀਨੇ ਨਾਲ। ਹਾਂਜੀ ਚਲੋ ਕੋਈ ਗੱਲ ਨਹੀਂ, ਸਮਾਨ ਸਾਂਭੀ ਜਾਓ, ਬਾਕੀ ਉੱਥੇ ਨਹੀਂ ਮੁੱਕਦਾ ਕੰਮ। ਤੇ ਫਿਰ ਪੰਜਾਬੀਆਂ ਦਾ ਘਰ ਕਿੱਥੋਂ ਲੱਗਿਆ ਜੇ ਫਰਿੱਜ ਤੇ ਸਮਾਨ ਨਾ ਹੋਵੇ, ਮਾਈਕ੍ਰੋਵੇਵ ਤੇ ਨਾ ਹੋਵੇ, ਕੁਰਸੀ ਇੱਕ ਕੱਪੜਿਆਂ ਨਾਲ ਭਰੀ ਨਾ ਹੋਵੇ, ਫਿਰ ਕੂਲਰ ਤੇ ਸਮਾਨ ਨਾ ਹੋਵੇ, ਮਜ਼ਾ ਹੀ ਤਾਂ ਆਇਆ ਜੇ ਇਹਨਾਂ ਸਾਰੀ ਚੀਜ਼ਾਂ ਤੇ ਸਮਾਨ ਹੋਵੇ। ਬੜਾ ਚੁੱਕਦੀ ਹਾਂ ਮੈਂ, ਬੜਾ ਚੁੱਕਦੀ, ਫਿਰ ਇਹੀ ਹਾਲ ਰਹਿੰਦਾ ਇੱਦਾਂ ਰਹਿੰਦਾ। ਅਤੇ ਇਹਦੇ 'ਚ ਆਪਾਂ ਨਾ ਹੁਣ ਥੋੜ੍ਹੀ ਜਿਹੀ ਮਲਾਈ ਵੀ ਪਾਵਾਂਗੇ, ਪੂੰਝ ਪਾਂਝ ਕੇ ਸਾਰੀ। ਨਹੀਂ ਪੂੰਝ ਪਾਂਝ ਕੇ ਨਹੀਂ, ਮਲਾਈ ਤਾਂ ਬਹੁਤ ਆ ਮੇਰੇ ਕੋਲ। ਅੱਛਾ ਜੀ, ਆਪਾਂ ਕੱਢ ਲੈਂਦੇ ਹਾਂ ਨਾ ਵੈਸੇ ਵੀ ਦੁੱਧ, ਤੁਹਾਨੂੰ ਪਤਾ ਵੀ। ਹਾਂਜੀ ਇਹਨੇ ਕੱਢਣਾ ਹੈ। ਇਹ ਹੋ ਗਈ ਜੀ ਰੈਡੀ, ਇਹਨੂੰ ਮਾਰ ਲਓ ਖਰੌਂਚਾ। ਲਓ ਜੀ ਨਾਲ ਨਾਲ ਹੀ ਬਸ ਹੋ ਜਾਣਾ ਜੀ, ਲਾਈ ਜਾਣਾ ਆਪਾਂ ਨਾਲ ਦਾ। ਸੱਚੀ ਤੁਹਾਨੂੰ ਇੰਨੀ ਗਰਮ ਗਰਮ ਕੜਛੀ ਫੜਨੀ, ਮੈਂ ਫੜੀ ਮੇਰੇ ਕੋਲ ਫੜੀ ਨਹੀਂ ਗਈ। ਇੱਦਾਂ ਹੀ ਆ ਨਾ ਕੰਮ ਕਰਕੇ ਮਹਾਰਾਜ, ਹੱਥ ਪੱਕੇ ਕੀਤੇ ਆ, ਰਿਮ ਬੋਲ ਆ ਅਸੀਂ ਪੈਨ, ਅਸੀਂ ਪੈਨ ਫੜ ਕੇ ਪੱਕੇ ਕੀਤੇ, ਪੈਨ ਫੜ ਕੇ ਆਪਣੀ ਬਾਹਾਂ ਕੁੱਬੀਆਂ ਕੀਤੀਆਂ ਨੇ। ਮਾਈ ਡੈਡੀ ਹੋ ਗਈ ਆ ਬਸ, ਇਸ ਤਰ੍ਹਾਂ ਹੀ ਆ ਨਾ ਜਿਹੜਾ ਜਿਹੜਾ ਕੀ ਕਹਿੰਦੇ ਜਿਸ ਕਾ ਕੰਮ ਤੁਸੀਂ ਵੋ ਸਾਜੇ। ਜੀ ਕਾਫੀ ਸੰਘਣੀ ਹੋ ਗਈ ਆ, ਅਤੇ ਠੰਡੇ ਹੋਇਆ ਤੁਹਾਨੂੰ ਪਤਾ ਕਿ ਇਹਨੇ ਹੋਰ ਸੰਘਣੀ ਹੋ ਜਾਣਾ, ਅਤੇ ਪਰ ਆਪਾਂ ਹਜੇ ਥੋੜ੍ਹੀ ਜਿਹੀ ਹੋਰ ਪਕਾਵਾਂਗੇ ਦੋ ਕੁ ਮਿੰਟ। ਹਾਂ ਇਹਦੇ 'ਚ ਕਿਸ਼ਮਿਸ਼ ਨਹੀਂ ਪਾਈ, ਕਿਸ਼ਮਿਸ਼ ਥੋੜ੍ਹੀ ਜਿਹੀ ਕਿਸ਼ਮਿਸ਼ ਪਾ ਲਈਏ। ਮੰਮੀ ਮੇਰੀਆਂ ਤਾਂ ਸਾਰੀਆਂ ਚੀਜ਼ਾਂ ਹੈਗੀਆਂ, ਤੇਰੇ ਬਦਾਮ ਤੇਰੀ ਕਿਸ਼ਮਿਸ਼, ਮੈਂ ਹੁਣ ਕਿਸ਼ਮਿਸ਼ ਆਪਣੀ ਕਿਸ਼ਮਿਸ਼ ਪਾਉਣ ਲੱਗੀ, ਸੋਗੀ ਪਾਉਣ ਲੱਗੀ ਇਹਦੇ 'ਚ ਥੋੜ੍ਹੀ ਜਿਹੀ, ਕਿਉਂਕਿ ਸੋਗੀ ਨਾਲ ਤਾਂ ਸਵਾਦ ਬੜਾ ਆਉਂਦਾ। ਮੈਂ ਨਾ ਸਾਵਲ ਵਰੁਣ ਜ਼ਿਆਦਾ ਪਕੜ ਕਰਦਾ, ਸਾਵਲ ਤਾਂ ਫਿਰ ਖਾ ਲੈਂਦਾ। ਅਤੇ ਹੁਣ ਆਪਾਂ ਇਹਦੇ 'ਚ ਲਾਸਟ 'ਚ ਪਾਵਾਂਗੇ ਥੋੜ੍ਹੀ ਜਿਹੀ ਮਲਾਈ, ਜ਼ਿਆਦਾ ਨਹੀਂ ਪਾਉਣੀ ਕਿਉਂਕਿ ਮੈਂ ਜਿਹੜਾ ਬਾਕੀ ਭੱਜਦੀ ਰੱਖ ਦੇਣਾ ਨਹੀਂ ਆ ਗੋਬਰ ਦਾ, ਬਾਕੀ ਬੜੇ ਖੁਸ਼ ਪਤਾ ਕੀ ਇਹਦੇ 'ਚ ਨਾ ਉਹ ਪਾ ਲਿਆ ਨਾ ਅਸੀਂ ਮਿਲਕ ਪਾਊਡਰ ਪਾ ਲਿਆ, ਉਹਦੇ ਕਰਕੇ ਫਿਰ ਇੰਨਾ ਜ਼ਿਆਦਾ ਕੁਛ ਪਾਉਣਾ ਕੰਮ, ਹਾਂਜੀ ਫਿਰ ਬਹੁਤੀ ਸੰਘਣੀ ਜਿਹੀ ਹੋ ਜਾਣੀ। ਬਾਹਰ ਟੁੱਲ ਗਈ ਜੇ ਥੋੜ੍ਹੀ ਜਿਹੀ ਨਿਸ਼ਾਨੀ, ਅਤੇ ਲਓ ਜੀ ਝਟਪਟ ਸਾਡੀ ਖੀਰ ਬਣ ਗਈ ਆ। ਹੁਣ ਤੁਸੀਂ ਇਹਦੇ ਵਿੱਚ ਪਾ ਸਕਦੇ ਜੇ ਖੰਡ, ਪਰ ਮੈਂ ਨਹੀਂ ਪਾਉਣੀ ਖੰਡ, ਅਤੇ ਮੈਂ ਤਾਂ ਪਾਉਣਾ ਗੁੜ। ਗੁੜ ਸਾਡਾ ਖਤਮ ਹੋ ਚੱਲਿਆ, ਸਾਨੂੰ ਬੜਾ ਅਫਸੋਸ ਹੋ ਰਿਹਾ। ਕਿਉਂ ਖਾ ਖਾ ਕੇ ਖਤਮ ਕੀਤਾ, ਇਸ ਤਰ੍ਹਾਂ ਥੋੜ੍ਹੀ ਹੋ ਗਿਆ? ਨਹੀਂ ਪਰ ਫਿਰ ਵੀ ਹੈ ਨਾ, ਠੰਡੇ ਦੁੱਧ ਵਿੱਚ ਗੁੜ ਪਾ ਕੇ ਪੀਣ ਦਾ ਵੱਖਰਾ ਹੀ ਨਜ਼ਾਰਾ। ਲਓ ਜੀ ਇਹਦੇ 'ਚ ਪਾ ਤਾ ਅਸੀਂ ਗੁੜ,
ਆਪਣੇ ਟੇਸਟ ਅਕੋਰਡਿੰਗ ਪਾ ਲਓ, ਖੰਡ ਪਾ ਲਓ, ਗੁੜ ਪਾ ਲਓ, ਮਿਸ਼ਰੀ ਪਾ ਲਓ, ਜੋ ਵੀ ਤੁਹਾਡਾ ਦਿਲ ਕਰਦਾ। ਇਹਦਾ ਨਾ ਜਦੋਂ ਆਪਾਂ ਗੁੜ ਪਾਉਂਦੇ ਨਾ, ਇਹਦਾ ਨਾ ਕਲਰ ਵੀ ਥੋੜ੍ਹਾ ਨਾ ਬਰਾਊਨ ਜਿਹਾ ਹੋ ਜਾਂਦਾ, ਅਤੇ ਬੜਾ ਵਧੀਆ ਲੱਗਦਾ। ਬਾਹਰ ਕੋਈ ਨਹੀਂ ਆਇਆ, ਪਰ ਸਾਵਲ ਨੂੰ ਭੇਜਿਆ ਮੈਂ। ਸਾਢੇ ਸੱਤ ਹੋਏ ਨੇ ਅਤੇ ਸਾਵਲ ਤਾਲਾ ਮਾਰ ਕੇ ਵੀ ਆ ਗਿਆ। ਭਾਬੀ ਜੀ ਕਹਿੰਦੇ ਤਾਲਾ ਮਾਰਿਆ। ਹਾਂਜੀ ਲਓ ਜੀ, ਖੀਰ ਸਾਡੀ ਬਣ ਕੇ ਤਿਆਰ ਆ। ਸੋ ਇਹਨੂੰ ਆਪਣੇ ਹਿਸਾਬ ਨਾਲ ਪਤਲੀ ਸੰਘਣੀ ਜਿੱਦਾਂ ਦੀ ਤੁਸੀਂ ਖਾਣੀ ਉੱਦਾਂ ਦੀ ਕਰ ਸਕਦੇ ਜੇ। ਅਤੇ ਕਲਰ ਕਿੰਨਾ ਸੋਹਣਾ, ਕਲਰ ਤਾਂ ਫਿਰ ਗੁੜ ਨੇ ਬਣਾ ਦਿੱਤਾ ਨਾ। ਲਓ ਜੀ, ਇੰਸਟੈਂਟ ਪੋਹਾ ਖੀਰ ਬਣਾਓ, ਖਾਓ ਅਤੇ ਪ੍ਰਭੂ ਦੇ ਗੁਣ ਗਾਓ। ਡਰਾਈ ਫਰੂਟਸ ਪਾ ਦਈਏ ਉੱਪਰ ਵੀ। ਲਓ ਜੀ, ਬੱਚੇ ਕਹਿੰਦੇ ਆ ਨਾ ਕੁਛ ਬਣਾ ਦਿਓ ਅਤੇ ਝਟਪਟ, ਉਹਨਾਂ ਨੂੰ ਜਿਹੜੇ ਕਈ ਤਾਂ ਮਿੱਠਾ ਖਾਣ ਵਾਲੇ ਹੁੰਦੇ, ਕਈ ਨਹੀਂ ਖਾਂਦੇ, ਤਾਂ ਉਹਨਾਂ ਨੂੰ ਤੁਸੀਂ ਇਹ ਜਿਹੜੀ ਆ ਖੀਰ ਬਣਾ ਕੇ। ਅਤੇ ਜਿਹੜੇ ਨਹੀਂ ਖਾਂਦੇ ਭਾਬੀ ਜੀ, ਉਹ ਨਮਕੀਨ ਵੀ ਤਾਂ ਖਾ ਸਕਦੇ ਨੇ, ਹੈ ਨਾ, ਨਮਕੀਨ ਬਣਾ ਕੇ ਖਾ ਲਓ। ਜੀ ਸਾਡੀ ਰੈਸਪੀ ਤਿਆਰ ਆ, ਰਾਤ ਨੂੰ ਅਸੀਂ ਬਣਾ ਦਿੱਤੀ ਆ। ਸੋ ਰੈਸਪੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਪਲੀਜ਼ ਪਲੀਜ਼ ਪਲੀਜ਼, ਸਾਡੇ ਹੁਣ 10K ਤਾਂ ਕਰ ਦਿਓ, ਇੰਨੇ ਸਾਲ ਹੋ ਗਏ ਸਾਡੇ ਚੈਨਲ ਨੂੰ। ਰੱਬ ਦਾ ਵਾਸਤਾ, ਮਿਹਰ ਕਰੋ ਮਿਹਰ ਕਰੋ ਮਿਹਰ ਕਰੋ। ਅਤੇ ਠੰਡੀ ਕਰਕੇ ਆਪਾਂ ਹੁਣ ਇਹਨੂੰ ਖਾਵਾਂਗੇ, ਗਰਮ ਗਰਮ ਇਹਨੀ ਸਵਾਦ ਨਹੀਂ ਲੱਗਣੀ। ਸੋ ਜੇ ਗਰਮ ਖਾਣੀ ਤਾਂ ਗਰਮ ਖਾਓ, ਠੰਡੀ ਖਾਣੀ ਠੰਡੀ ਖਾਓ, ਤੁਹਾਡੀ ਮਰਜ਼ੀ।